ਸਸਿਕਾ ਦੋਸਤੋ ਅੱਜ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੀਆਰਪੀਸੀ ਕ੍ਰਿਮੀਨਲ ਪ੍ਰੋਸੀਡਰ ਕੋਡ ਦੇ ਵਿੱਚ ਕਾਗਨੀਜੇਬਲ ਤੇ ਨਾਨ ਕਾਗਨੀਜੇਬਲ ਅਫੈਂਸ ਦੀ ਗੱਲ ਦੋਸਤੋ ਸਭ ਤੋਂ ਪਹਿਲਾਂ ਤਾਂ ਦੋਸਤੋ ਇਹ ਕਾਗਨੀਜੇਬਲ ਤੇ ਨਾਨ ਕਾਗਨੀਜੇਬਲ ਹੁੰਦੇ ਕੀ ਆਪਾਂ ਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਲਾ ਦੀ ਲੈਨ ਚ ਜਾਂਦਾ ਹਨਾ ਜਾਂ ਕਿਸੇ ਵੀ ਕ੍ਰਿਮੀਨਲ ਚੀਜ਼ ਬਾਰੇ ਆਪਾਂ ਜਾਣਨਾ ਚਾਹੁੰਦੇ ਆ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਬੇਸਿਕ ਕੁਝ ਬੇਸਿਕ ਜੀਆਂ ਗੱਲਾਂ ਦਾ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ ਤਾਂ ਇਹਦੇ ਵਿੱਚ ਦੋਸਤੋ ਆਪਾਂ ਜੇ ਤੁਸੀਂ ਦੇਖੋਗੇ ਤਾਂ ਕਾਗਨੀਟਿਬਲ ਅਫੈਂਸ ਆਪਾਂ ਮਿਆਬੀ ਦੇ ਵਿੱਚ ਨੋਰਮਲ ਇਹਨਾਂ ਨੂੰ ਕਹਿੰਦੇ ਨੇ ਕਾਗਨੀਟਿਬਲ ਮਤਲਬ ਕਿ ਹੱਥ ਪਾਉਣ ਯੋਗ ਅਫੈਂਸ ਕੋਈ ਠੀਕ ਹੈ ਅਪਰਾਧ ਤੇ ਨਾਨ ਕਾਗਨੀਟਿਬਲ ਉਹ ਜਿਹੜੇ ਜਿਨ੍ਹਾਂ ਜਿਹੜੇ ਨਾ ਹੱਥ ਪਾਉਣ ਯੋਗ ਨੇ ਠੀਕ ਹੈ ਜੀ ਇਨਾਂ ਨੂੰ ਆਪਾਂ ਹੋਰ ਅੱਗੇ ਡਿਫਾਈਨ ਕਰਾਂਗੇ ਦੋਸਤੋ ਜਿਹਦੇ ਵਿੱਚ ਜਿਹੜੇ ਕਾਗਨੀਜ਼ੇਬਲ ਅਫੈਂਸ ਹੁੰਦੇ ਆ ਦੋਸਤੋ ਆਪਾਂ ਸਿੰਪਲ ਜਿਹੇ ਸ਼ਬਦਾਂ ਵਿੱਚ ਸਮਝੀਏ ਤਾਂ ਉਹ ਉਹ ਅਫੈਂਸ ਨੇ ਉਹ ਅਪਰਾਧ ਹੈ ਕਾਗਨੀਜ਼ੇਬਲ ਅਫੈਂਸ ਜਿਨ੍ਹਾਂ ਦੇ ਵਿੱਚ ਪੁਲਿਸ ਨੂੰ ਅਧਿਕਾਰ ਹੁੰਦਾ ਕਿ ਉਹ ਬਿਨਾ ਮੈਜਿਸਟ੍ਰੇਟ ਦੀ ਪਰਮਿਸ਼ਨ ਦੇ ਬਰਾਂਡ ਬਿਨਾ ਬਰਾਂਟ ਜਾਰੀ ਕਰਨ ਤੋਂ ਉਹ ਕਿਸੇ ਬੰਦੇ ਨੂੰ ਅਰੈਸਟ ਕਰ ਸਕਦੇ ਆ ਸਿੱਧਾ ਹੱਥ ਪਾ ਸਕਦੇ ਆ ਉਹਨੂੰ ਅਰੈਸਟ ਕਰਕੇ ਥਾਣੇ ਵਿੱਚ ਲਿਆ ਕੇ ਪੁੱਛਗਿੱਛ ਕਰ ਸਕਦੇ ਆ ਉਹਨੂੰ ਠੀਕ ਹੈ ਦੋਸਤੋ ਦੂਸਰੀ ਸਾਈਡ ਜੇ ਆਪਾਂ ਦੇਖੀਏ ਨਾਨ ਕੌਗਨੀਜੇਬਲ ਅਫੈਂਸ ਇਹ ਫੈਂਸ ਦੋਸਤੋ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਸਿੱਧਾ ਕੋਈ ਪੁਲਿਸ ਮੁਲਾਜ਼ਮ ਕਿਸੇ ਵਿਅਕਤੀ ਨੂੰ ਅਰੈਸਟ ਨਹੀਂ ਕਰ ਸਕਦਾ ਕਿਸੇ ਨੂੰ ਹੱਥ ਨਹੀਂ ਪਾ ਸਕਦਾ ਠੀਕ ਹੈ ਜੀ ਵਿਦਆਊਟ ਕਿਸੇ ਮੈਜਿਸਟ੍ਰੇਟ ਯਾ ਕੋਰਟ ਦੇ ਕਿਸੇ ਬ੍ਰਾਂਡ ਤੋਂ ਬਿਨਾ ਕਿਸੇ ਵੀ ਵਿਅਕਤੀ ਨੂੰ ਨਾਨ ਕਾਗਨੀਜ਼ੀਬਲ ਅਫੈਂਸ ਦੇ ਵਿੱਚ ਹੱਥ ਨਹੀਂ ਪਾ ਸਕਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਜ਼ਰੂਰੀ ਸਵਾਲ ਇਹ ਜਾਨਣਾ ਬਹੁਤ ਜ਼ਰੂਰੀ ਹੈ ਵੀ ਦੋਸਤੋ ਪੁਲਿਸ ਕਿਸੇ ਨੂੰ ਬਿਨਾਂ ਗਲਤੋਂ ਨਾ ਤਾਂ ਕਿਸੇ ਨੂੰ ਅਰੈਸਟ ਕਰ ਸਕਦੀ ਹੈ ਹਨਾ ਤੇ ਦੂਸਰੀ ਗੱਲ ਇੱਕ ਇਹਨਾਂ ਦੀ ਬੇਸਿਕ ਚੀਜ਼ ਹੈ ਵੀ ਪੁਲਿਸ ਦਾ ਕੰਮ ਹੈ ਵੀ ਕਿਸੇ ਨੂੰ ਉਹ ਮਾਰ ਨਹੀਂ ਸਕਦੀ ਕਿਸੇ ਨੂੰ ਜਾਨੋਂ ਮਾਰ ਨਹੀਂ ਸਕਦੀ ਠੀਕ ਹੈ ਜੀ ਨਾ ਹੀ ਕਿਸੇ ਤੇ ਹੱਥ ਚੁੱਕ ਸਕਦੀ ਐ ਠੀਕ ਐ ਇਹ ਪੁਲਿਸ ਦੀ ਜ਼ਿੰਮੇਵਾਰੀ ਐ ਵੀ ਉਹ ਕਿਸੇ ਨੂੰ ਨਾ ਤਾਂ ਮਾਰੂਗੀ ਤੇ ਨਾ ਕਿਸੇ ਤੇ ਹੱਥ ਚੁੱਕੂਗੀ ਇਹ ਆਪਣਾ ਕਾਨੂੰਨ ਕਹਿੰਦਾ ਠੀਕ ਐ ਪਰ ਦੋਸਤੋ ਅੱਗੇ ਕਿਸ ਹਾਮ ਨਾਲ ਚੱਲਦੇ ਨੇ ਉਹ ਤੁਹਾਨੂੰ ਪਤਾ ਹੀ ਐ ਹਨਾ ਆਪਾਂ ਦੋਸਤੋ ਇਹਦੇ ਵਿੱਚ ਜਿਹੜੇ ਅਫੈਂਸ ਆ ਦੋ ਪ੍ਰਕਾਰ ਦੇ ਹੁੰਦੇ ਨੇ ਕਾਗਨੀਜੇਬਲ ਤੇ ਨਾਨ ਕਾਗਨੀਜੇਬਲ ਕਾਗਨੀਜੇਬਲ ਇਹਨਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਠੀਕ ਹੈ ਇਹਨਾਂ ਦੀ ਜਿਹੜੀ ਕਾਨੂੰਨ ਦੇ ਵਿੱਚ ਸੀਆਰਪੀਸੀ ਸੈਕਸ਼ਨ ਦੇ ਵਿੱਚ ਸੈਕਸ਼ਨ 2C ਦੇ ਵਿੱਚ ਦੋਸਤੋ ਕਾਗਨੀਜੇਬਲ ਅਫੈਂਸ ਦੇ ਬਾਰੇ ਦੱਸਿਆ ਗਿਆ ਦੋਸਤੋ ਠੀਕ ਹੈ ਇਹਦੀ ਡੈਫੀਨੇਸ਼ਨ ਦਿੱਤੀ ਗਈ ਹੈ ਸੀਆਰਪੀਸੀ ਸੈਕਸ਼ਨ 2C ਦੇ ਵਿੱਚ ਦੋਸਤੋ ਜੇ ਤੁਸੀਂ ਤੁਹਾਡੇ ਕੋਲ ਕੋਈ ਬੁੱਕ ਹੈ ਜਾਂ ਕੋਈ ਬੇਅਰ ਐਕਟ ਵਗੈਰਾ ਹੈ ਤਾਂ ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ ਦੋਸਤੋ ਉਹਦੇ ਵਿੱਚ ਕਲੀਅਰ ਡੈਫੀਨੇਸ਼ਨ ਇਹਦੀ ਵਿੱਚ ਦਿੱਤੀ ਹੋਈ ਹੈ ਕੋਗਨੀਏਬਲ ਅਫੈਂਸ ਮੀਨਸ ਆ ਅਫੈਂਸ ਆਫ ਵਿੱਚ ਕੋਗਨੀਏਬਲ ਕੇਸ ਮੀਨਸ ਆ ਕੇਸ ਇਨ ਵਿੱਚ ਆ ਪੁਲਿਸ ਆਫੀਸਰ ਮੇ ਇਨ ਦੀ ਅਕੋਰਡੈਂਸ ਵਿਦ ਦਾ ਫਸਟ ਸ਼ਡਿਊਲ ਐਨੀ ਅਦਰ ਲਾ ਟਾਈਮ ਬੀਇੰਗ ਆ ਫੋਰਸ ਅਰੈਸਟ ਵਿਦਆਊਟ ਆ ਵਾਰੰਟ ਨਾ ਦੋਸਤੋ ਜਿਹੜੀ ਪਹਿਲੀ ਅਨੁਸੂਚੀ ਦੇ ਵਿੱਚ ਦੱਸੀ ਗਈ ਆ ਹਨਾ ਵੀ ਕਿਹੜੇ ਕਿਹੜੇ ਅਫੈਂਸ ਕੋਗਨੀਏਬਲ ਨੇ ਹੱਥ ਪਾਉਣ ਯੋਗ ਨੇ ਪੁਲਿਸ ਦੁਆਰਾ ਜਿਹੜਾ ਵੀ ਕੋਈ ਫੈਂਸ ਹੈ ਇਹ ਜਾਂ ਜਿਹਨੂੰ ਉਹ ਹੱਥ ਪਾ ਸਕਦੀ ਹੈ ਉਹਦੀ ਸ਼ੈਡਿਊਲ 1 ਦੇ ਵਿੱਚ ਸਾਰੀ ਡਿਟੇਲ ਦਿੱਤੀ ਗਈ ਹੈ ਠੀਕ ਹੈ ਜੀ ਜਿਹਦੇ ਵਿੱਚ ਜਿੰਨਾ ਪਰਸਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਦੋਸਤੋ ਉਸ ਤੋਂ ਬਾਅਦ ਦੋਸਤੋ ਆਪਾਂ ਬੇਸਿਕ ਉਸ ਗੱਲ ਕਰਾਂਗੇ ਜੇ ਤੁਹਾਨੂੰ ਅ ਇਹਨਾਂ ਦੇ ਵਿੱਚ ਆਪਾਂ ਫੈਂਸ ਦੱਸਤੀਏ ਤਾਂ ਜਿਵੇਂ ਆਪਾਂ ਲਾ ਲਓ ਮਰਡਰ ਠੀਕ ਹੈ ਜੀ ਜਿਹੜੀ ਸੈਕਸ਼ਨ 302 ਦੇ ਵਿੱਚ ਜੇਕਰ ਕੋਈ ਅਪਰਾਧ ਕਰ ਦਿੰਦਾ ਹਨਾ ਮੌਤ ਕਿਸੇ ਦੀ ਮੌਤ ਕਰ ਦਿੰਦਾ ਤਾਂ ਇਹ ਇਹ ਅਫੈਂਸ ਜਿਹੜੇ ਸਟੇਟ ਦੇ ਵਿਰੁੱਧ ਖਿਲਾਫ ਹੋ ਜਾਂਦੇ ਨੇ ਹਨ ਵਿਰੁੱਧ ਨੇ ਤਾਂ ਉਹਨਾਂ ਉਹ ਸਾਰੇ ਅਫੈਂਸ ਕਾਗਨੀਜ਼ੇਬਲ ਅਫੈਂਸ ਨੇ ਉਹਦੇ ਵਿੱਚ ਪੁਲਿਸ ਜਾ ਕੇ ਮਰਡਰ ਕਰਨ ਵਾਲੇ ਵਿਅਕਤੀ ਨੂੰ ਜਲਦੀ ਤੋਂ ਜਲਦੀ ਅਰੈਸਟ ਕਰੂਗੀ ਪੁੱਛਗਿੱਛ ਲਈ ਠੀਕ ਹੈ ਜੀ ਤਾਂ ਇਹ ਅਫੈਂਸ ਕਾਗਨੀਜ਼ੇਬਲ ਅਫੈਂਸਾਂ ਦੇ ਵਿੱਚ ਆ ਜਾਂਦੇ ਨੇ ਤੇ ਹੋਰ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਰੇਪ ਹੋ ਗਿਆ ਦੋਸਤੋ ਜੇ ਕੋਈ ਨਵਾਲਗ ਲੜਕੀ ਜਾਂ ਕੋਈ ਬਾਲਗ ਲੜਕੀ ਕਿਸੇ ਦਾ ਵੀ ਰੇਪ ਕਰਦਾ ਤਾਂ ਉਹ ਕੋਈ ਅਕਿਊਜ਼ਡ ਹੈ ਜਿਹੜਾ ਉਹਨੂੰ ਪੁਲਿਸ ਸਿੱਧਾ ਫੜ ਸਕਦੀ ਹੈ ਵਿਦਆਊਟ ਮੈਜਿਸਟ੍ਰੇਟ ਦੇ ਬਰਣਣ ਤੋਂ ਬਿਨਾ ਜੇ ਕੋਈ ਚੋਰੀ ਕਰਦਾ ਦੋਸਤੋ ਉਹ ਵੀ ਕਾਗਨੀਜੇਬਲ ਫੈਂਸ ਦੇ ਵਿੱਚ ਆ ਜਾਂਦਾ ਜੇ ਕੋਈ ਕਿਡਨੈਪਿੰਗ ਕਰਦਾ ਦੋਸਤੋ ਜਾਂ ਕੋਈ ਡੌਰੀ ਡੈਥ ਹੋ ਜਾਂਦੀ ਹੈ ਠੀਕ ਹੈ ਜੀ ਕਿਸੇ ਕੁੜੀ ਨੂੰ ਦਾਦ ਦੀ ਮੰਗ ਦੇ ਲਾਲਚ ਦੇ ਵਿੱਚ ਕਿਸੇ ਨੂੰ ਮਾਰ ਦਿੱਤਾ ਜਾਂਦਾ ਉਹ ਸਾਰੇ ਇਹ ਕਾਗਨੀਜੇਬਲ ਅਫੈਂਸ ਨੇ ਦੋਸਤੋ ਪੁਲਿਸ ਦੁਆਰਾ ਹੱਥ ਪਾਉਣਯੋਗ ਅਫੈਂਸ ਨੇ ਇਹ ਆ ਖਾਸ ਤੌਰ ਤੇ ਜੇਕਰ ਤੁਸੀਂ ਆਪੀਸੀ ਦੇ ਵਿੱਚ ਪੜੋਗੇ ਕੋਈ ਸੈਕਸ਼ਨ ਹਨਾ ਜਿਵੇਂ 302 ਦਾ ਲਾ ਲਓ 307 ਦਾ ਲਾ ਲਓ ਤਾਂ ਉਹਨਾਂ ਦੇ نیچے ਥੱਲੇ ਲਿਖਿਆ ਵੀ ਹੁੰਦਾ ਵੀ ਇਹ ਕਾਗਨੀਜੇਬਲ ਅਫੈਂਸ ਨੇ ਜਾਂ ਨਾਨ ਕਾਗਨੀਜੇਬਲ ਅਫੈਂਸ ਨੇ ਠੀਕ ਹੈ ਇਹਦੇ ਵਿੱਚ ਦੋਸਤੋ ਮੇਨ ਇਹਦਾ ਮਕਸਦ ਇਹ ਵੱਡੇ ਅਪਰਾਧ ਨੇ ਇਹਨਾਂ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਭੱਜ ਨਾ ਜਾਵੇ ਕਿਤੇ ਇਨਸਾਫ ਤੋਂ ਬਚ ਜਾਣਾ ਰਹੇ ਕੋਈ ਤਾਂ ਕਰਕੇ ਇਹਨਾਂ ਦੇ ਵਿੱਚ ਗਰੰਟ ਇਸ਼ੂ ਕਰਾਉਣ ਦਾ ਪ੍ਰੋਸੈਸ ਲੰਮਾ ਹੋ ਜਾਂਦਾ ਇਸ ਲਈ ਇੱਥੇ ਪੁਲਿਸ ਨੂੰ ਸਿੱਧਾ ਅਧਿਕਾਰ ਦਿੱਤਾ ਜਾਂਦਾ ਵੀ ਉਹ ਕਿਸੇ ਵੀ ਅਜਿਹੇ ਮਸਲੇ ਦੇ ਵਿੱਚ ਕਾਗਨੀਜੇਬਲ ਅਫੈਂਸ ਦੇ ਵਿੱਚ ਕਿਸੇ ਵਿਅਕਤੀ ਨੂੰ ਸਿੱਧਾ ਹੀ ਅਰੈਸਟ ਕਰ ਸਕਦੇ ਆ ਵਿਦਾਊਟ ਕਿਸੇ ਗਰੰਟ ਦੇ ਦੋਸਤੋ ਠੀਕ ਹੈ ਜੀ ਦੂਸਰੇ ਪਾਸੇ ਦੋਸਤੋ ਆ ਜਾਂਦੇ ਨੇ ਨਾਨ ਕੋਗਨੀਜੇਬਲ ਅਫੈਂਸ ਜਿਹੜੇ ਆਪਾਂ ਗੱਲ ਕਰਾਂਗੇ ਜਿਹੜੇ ਸੀ ਆਰ ਪੀ ਸੀ ਦੇ ਵਿੱਚ 2 ਐਲ ਦੇ ਵਿੱਚ ਉਹਨਾਂ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਦੋਸਤੋ ਨਾਨ ਕੋਗਨੀਜੇਬਲ ਅਫੈਂਸ ਜੇ ਤੁਸੀਂ ਪੜ੍ਹੋਗੇ ਤਾਂ ਸੈਕਸ਼ਨ 2 ਠੀਕ ਹੈ ਜੀ ਅੱਗੇ ਐਲ ਦੇ ਵਿੱਚ ਦਿੱਤੇ ਗਏ ਹੈ ਮੀਨਸ ਅ ਅਫੈਂਸ ਵਿਚ ਅ ਨਾਨ ਕੋਗਨੀਜੇਬਲ ਮੀਨਸ ਅ ਕੇਸ ਇਨ ਪੁਲਿਸ ਅਫੀਸਰ ਜਿੱਥੇ ਦੋਸਤੋ ਕੋਈ ਅਜਿਹਾ ਅਫੈਂਸ ਹੈ ਜਿਹਦੇ ਵਿੱਚ ਪੁਲਿਸ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੀ ਉਹਦੇ ਕੋਲ ਪਾਵਰ ਨਹੀਂ ਹੈਗੀ ਤਾਂ ਇਹ ਜਿਹੇ ਅਫੈਂਸਾਂ ਨੂੰ ਨਾਨ ਕਾਗਨੀਜੇਬਲ ਅਫੈਂਸ ਕਿਹਾ ਜਾਂਦਾ ਹੈ ਇਹਦੇ ਵਿੱਚ ਦੋਸਤੋ ਪੁਲਿਸ ਸਿੱਧਾ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੀ ਬਸ ਵਿਦਾਊਟ ਬਰੰਟ ਦੇ ਕੋਡ ਦੇ ਕੋਡ ਤੋਂ ਬਿਨਾ ਬਰੰਟ ਲੈ ਤੋਂ ਬਿਨਾ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੀ ਇਹਦੇ ਵਿੱਚ ਦੋਸਤੋ ਸੈਕਸ਼ਨ ਆ ਜਾਂਦੇ ਨੇ ਜਿਵੇਂ ਆ ਆਈਪੀਸੀ ਦਾ ਸੈਕਸ਼ਨ 312 ਮਿਸਕੈਰੀਜ ਆ ਜਾਂਦਾ ਗਰਭਪਾਤ ਕਰਾਉਣ ਦੀਆਂ ਜਿਹੜਾ ਹੁੰਦਾ ਹਨ ਉਹਦੇ ਵਿੱਚ ਪੁਲਿਸ ਸਿੱਧਾ ਕਾਗਨੀਜੇਬਲ ਅਫੈਂਸ ਨਹੀਂ ਨੂੰ ਨਹੀਂ ਉਹ ਕਰ ਸਕਦੀ ਉਹਨੂੰ ਸਿੱਧਾ ਅਰੈਸਟ ਨਹੀਂ ਕਰ ਸਕਦੀ ਉਹਦੇ ਲਈ ਪਹਿਲਾਂ ਉਹਨਾਂ ਨੂੰ ਬਰਾਂਟ ਜਨਾ ਚ ਰਿਸ਼ਿਊ ਨਹੀਂ ਹੁੰਦਾ ਉਹਨਾਂ ਚਰ ਉਹਦੀ ਅਰੈਸਟ ਨਹੀਂ ਪਾ ਸਕਦੀ ਦੋਸਤੋ ਜਿਵੇਂ 323 ਦੇ ਹੋਗੇ ਦੋਸਤੋ ਕੋਈ ਲੱਪਣ ਮਾਰਦਾ ਮੜਾ ਮੁੱਤਾ ਹਨਾ ਤਾਂ ਉਹਨਾਂ ਵਿੱਚ ਵੀ ਸਿੱਧੀ ਕੰਪਲੇਂਟ ਫਾਈਲ ਹੁੰਦੀ ਆ ਫਿਰ ਕਿਤੇ ਬਰਾਂਟ ਮਿਲਦੇ ਆ ਫਿਰ ਉਹ ਵਿਅਕਤੀ ਨੂੰ ਲਿਆਂਦਾ ਜਾਂਦਾ ਜਾਂ ਸਮਨਿੰਗ ਕੀਤੀ ਜਾਂਦੀ ਆ ਬੁਲਾਇਆ ਜਾਂਦਾ ਤਾਂ ਇਹੇ ਫੈਂਸਾਂ ਦੇ ਵਿੱਚ ਪੁਲਿਸ ਨੂੰ ਅਧਿਕਾਰ ਨਹੀਂ ਹੁੰਦਾ ਹੱਥ ਪਾਉਣ ਜੋਗ ਠੀਕ ਹੈ ਜੀ ਹੋ ਅਰੈਸਟ ਕਰਕੇ ਥਾਣੇ ਦੇ ਵਿੱਚ ਨਹੀਂ ਲਿਜਾ ਸਕਦੇ ਦੋਸਤੋ ਤਾਂ ਬਸ ਨਾਨ ਕਾਗਨੀਜ਼ੇਬਲ ਟਿਕਾਗਨੀ ਵਾਲਾ ਅਫੈਂਸ ਤੇ ਆਪਣੀ ਇਹ ਵੀਡੀਓ ਸੀ ਦੋਸਤੋ ਅੱਗੇ ਕਿਸੇ ਹੋਰ ਟੌਪਿਕ ਤੇ ਆਪਾਂ ਫੇਰ ਗੱਲ ਕਰਾਂਗੇ ਦੋਸਤੋ ਅੱਜ ਦੇ ਲਈ ਸ਼ੁਕਰੀਆ ਧੰਨਵਾਦ